ਪਾਲਕੋਟ ਦੇ ਵੀਆਰਐਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ ਦਾ ਸੀ ਕਿ ਪੰਜਾਬ ਸਰਕਾਰ ਵੱਲੋਂ ਪਰਮਪਾਲ ਦੀ ਵੀਆਰਐਸ ਨੂੰ ਰਿਜੈਕਟ ਕਰ ਦਿੱਤਾ ਗਿਆ। ਪਰਮਪਾਲ ਨੂੰ ਤੁਰੰਤ ਕੰਮ ਤੇ ਵਾਪਸ ਪਰਤਣ ਦੇ ਹੁਕਮ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਨੇ। ਵੀਆਰਐਸ ਲਈ ਦਿੱਤੀ ਗਈ ਜਾਣਕਾਰੀ ਨੂੰ ਪੰਜਾਬ ਸਰਕਾਰ ਨੇ ਗਲਤ ਕਰਾ ਰਿਹਾ ਹੈ। ਦੱਸ ਦਈਏ ਕਿ ਵੀਆਰਐਸ ਲਈ 81 ਸਾਲਾਂ ਦੀ ਮਾਂ ਦੀ ਬਿਮਾਰੀ ਦਾ ਹਵਾਲਾ ਪਰਮਪਾਲ ਕੌਰ ਵੱਲੋਂ ਦਿੱਤਾ ਗਿਆ ਸੀ, ਪਰ ਹੁਣ ਪਰਮਪਾਲ ਕੌਰ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ। ਪੰਜਾਬ ਸਰਕਾਰ ਨੇ ਇਹ ਗੱਲ ਦਾ ਹਵਾਲਾ ਦਿੱਤਾ ਤਾਂ ਪਰਮਪਾਲ ਕੌਰ ਦੇ ਵੀਆਰਐਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ। ਪੰਜਾਬ ਸਰਕਾਰ ਵੱਲੋਂ ਪਰਮਪਾਲ ਦੀ ਵੀਆਰਐਸ ਰਿਜੈਕਟ ਕਰ ਦਿੱਤੀ ਗਈ ਹੈ। ਦੱਸ ਦਈਏ ਕਿ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ ਪਰਮਪਾਲ ਕੌਰ, ਜਿਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦਿੱਤਾ ਸੀ, ਪਰ ਪੰਜਾਬ ਸਰਕਾਰ ਨੇ ਇਸ ਅਸਤੀਫੇ ਨੂੰ ਰਿਜੈਕਟ ਕੀਤਾ। ਪਰਮਪਾਲ ਨੂੰ ਤੁਰੰਤ ਕੰਮ ਤੇ ਵਾਪਸ ਪਰਤਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਵੀਆਰਐਸ ਲਈ ਦਿੱਤੀ ਗਈ ਜਾਣਕਾਰੀ ਗਲਤ ਪੰਜਾਬ ਸਰਕਾਰ ਨੇ ਕਰਾ ਰਹੀ ਹੈ। ਵੀਆਰਐਸ ਲਈ 81 ਸਾਲਾਂ ਦੀ ਮਾਂ ਦੀ ਬਿਮਾਰੀ ਦਾ ਹਵਾਲਾ ਪਰਮਪਾਲ ਕੌਰ ਵੱਲੋਂ ਦਿੱਤਾ ਗਿਆ ਸੀ, ਪਰ ਜਿਸ ਤੋਂ ਬਾਅਦ ਹੁਣ ਇਹ ਸਾਹਮਣੇ ਆ ਰਿਹਾ ਕਿ ਪਰਮਪਾਲ ਕੌਰ ਚੋਣ ਪ੍ਰਚਾਰ ਕਰ ਰਹੇ ਨੇ। ਤੇ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਲਈ ਸਾਡੇ ਸਹਿਯੋਗੀ ਮਨੋਜ ਜੋਸ਼ੀ ਸਾਡੇ ਨਾਲ ਲਾਈਵ ਜੁੜੇ ਨੇ। ਤਾਂ ਜੀ ਮਨੋਜ, ਪਰਮਪਾਲ ਕੌਰ ਨੂੰ ਵੀ ਵੱਡਾ ਝਟਕਾ ਲੱਗਿਆ ਸੀ ਕਹਿ ਸਕਦੇ ਹਾਂ, ਵੀਆਰਐਸ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ, ਸਰਕਾਰ ਨੇ ਵੀਆਰਐਸ ਰਿਜੈਕਟ ਕੀਤੀ, ਕੀ ਕੁਝ ਹੋਰ ਜਾਣਕਾਰੀ ਹੈ? ਬਿਲਕੁਲ ਕੁਲਵਿੰਦਰ, ਦੇਖੋ ਜੋ ਪਰਮਪਾਲ ਕੌਰ ਹੈਗੇ ਨੇ ਉਹ ਪੰਜਾਬ ਸਰਕਾਰ ਦੇ IAS ਅਫਸਰ ਸੀਗੇ। ਉਹਨਾਂ ਨੇ ਆਪਣੀ ਰਿਟਾਇਰਮੈਂਟ ਤੋਂ 1 ਮਹੀਨਾ ਪਹਿਲਾਂ ਵਲੰਟਰੀ ਰਿਟਾਇਰਮੈਂਟ ਸਕੀਮ ਦੇ ਤਹਿਤ ਜਿਹੜੀ ਸੀਗੀ ਉਹ ਜਿਹੜਾ ਅਸਤੀਫਾ ਦਿੱਤਾ ਤੇ ਆਪਣੀ ਜਿਹੜੀ ਸੀਗੀ ਜਿਹੜੀ ਸੇਵਾ ਸੀਗੀ ਉਹਨੂੰ ਖਤਮ ਕਰਨ ਦਾ ਐਲਾਨ ਕੀਤਾ ਸੀਗਾ। ਤੇ ਇਸ ਨੂੰ ਲੈ ਕੇ ਜੋ ਸਰਕਾਰ ਦੇ ਕੋਲ ਅਸਤੀਫਾ ਗਿਆ ਸੀਗਾ ਉਹ ਸਰਕਾਰ ਨੇ ਮਨਜ਼ੂਰ ਨਹੀਂ ਕੀਤਾ ਸੀਗਾ, ਪਰ ਜੋ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈਗਾ ਆ ਉਹਨਾਂ ਵੱਲੋਂ ਇਹ ਜਿਹੜਾ ਸੀਗਾ ਅਸਤੀਫਾ ਮਨਜ਼ੂਰ ਕਰ ਦਿੱਤਾ ਗਿਆ ਸੀਗਾ। ਜਿਸ ਦਿਨ ਇਹ BJP ਪਾਰਟੀ ਜੁਆਇਨ ਕਰਦੇ ਨੇ ਉਸ ਦਿਨ ਮੁੱਖ ਮੰਤਰੀ ਟਵੀਟ ਕਰਦੇ ਨੇ, ਦੱਸਦੇ ਨੇ ਕਿ ਤੁਸੀਂ ਬੀਬਾ ਜੀ ਬਹੁਤ ਜਲਦੀ ਕਰ ਲਈ, ਹਾਲੇ ਤੱਕ ਤੁਹਾਡਾ ਜਿਹੜਾ ਅਸਤੀਫਾ ਸੀ ਮਨਜ਼ੂਰ ਵੀ ਨਹੀਂ ਕੀਤਾ। ਪਰ ਉਸੇ ਦਿਨ ਪਰਮਪਾਲ ਕੌਰ ਕਹਿੰਦੇ ਨੇ ਕਿ ਮੇਰਾ ਅਸਤੀਫਾ ਜਿਹੜਾ ਹੈਗਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਜਿਹੜਾ ਹੈਗਾ ਉਹ ਪ੍ਰਵਾਨ ਕਰ ਲਿਆ ਹੈਗਾ। ਤੇ ਇਸ ਨੂੰ ਲੈ ਕੇ ਹਰਦੀਪ ਪੁਰੀ ਜਿਹੜੇ ਕੇਂਦਰੀ ਮੰਤਰੀ ਸੀ ਉਹ ਵੀ ਕਹਿੰਦੇ ਨੇ ਕਿ ਉਹਦਾ ਅਸਤੀਫਾ ਮਨਜ਼ੂਰ ਹੋ ਗਿਆ। ਪਰ ਹੁਣ ਜੋ ਗੱਲ ਸਾਹਮਣੇ ਆਈ ਹੈਗੀ ਹੈ ਜੋ ਕੱਲ੍ਹ ਤੋਂ ਚੀਫ ਸੈਕਟਰੀ ਨੂੰ ਜਿਹੜੀ ਪੂਰੀ ਜਾਣਕਾਰੀ ਮਿਲੀ ਉਹਨਾਂ ਕੋਲੋਂ, ਉਹਨਾਂ ਦਾ ਕਹਿਣਾ ਹੈਗਾ ਕਿ ਜੋ ਉਹਨਾਂ ਨੂੰ ਪਰਮਪਾਲ ਕੌਰ ਨੂੰ ਫੌਰਨ ਹੀ ਜਿਹੜਾ ਹੈਗਾ ਡਿਊਟੀ ਦੇ ਵਾਪਸ ਬੁਲਾਇਆ ਗਿਆ, ਕਿਉਂਕਿ ਜਿਹੜਾ ਵੀਆਰਐਸ ਹੈਗੀ ਹੈ ਜਿਹੜੀ ਵਲੰਟਰੀ ਰਿਟਾਇਰਮੈਂਟ ਸਕੀਮ ਹੈ ਉਹਦੀ ਜਿਹੜੀ ਸੈਂਕਸ਼ਨ ਹੈਗਾ 61 ਉਹਦੇ ਤਹਿਤ ਜੋ ਕੰਡੀਸ਼ਨ ਦੱਸੀ ਜਾਂਦੀ ਹੈ ਵੀ ਮੈਂ ਕਿਉਂ ਲੈਣਾ ਚਾਹੁੰਦਾ ਹੈ ਕਿ ਵੀਆਰਐਸ ਉਹ ਵੀਆਰਐਸ ਠੀਕ ਨਹੀਂ ਹੈਗੀ, ਤੁਸੀਂ ਕਹਤਾ ਮੇਰੀ ਮਾਤਾ ਜੀ ਬਿਮਾਰ ਨੇ ਉਹਨਾਂ ਦੀ ਸੇਵਾ ਵਾਸਤੇ ਉਹਨਾਂ ਕਰਕੇ ਮੈਂ ਲੈ ਰਿਹਾ, ਪਰ ਤੁਸੀਂ ਇਲੈਕਸ਼ਨ ਲੜ ਰਹੇ ਹੋ, ਇਲੈਕਸ਼ਨ 'ਚ ਤੁਸੀਂ ਕੰਪੇਨ ਕਰ ਰਹੇ ਹੋ, ਤੁਸੀਂ ਉਮੀਦਵਾਰ ਬਣੇ ਹੋ, ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਉਹ ਤੁਰੰਤ ਜਿਹੜਾ ਹੈਗਾ ਵਾਪਸ ਬੁਲਾਇਆ ਗਿਆ ਗਿਆ ਜੋ ਉਹਨਾਂ ਦੀ ਵੀਆਰਐਸ ਦੀ ਕਲੋਜ਼ ਸੀਗੀ ਉਸ ਨੂੰ ਰੱਦ ਕਰਦੇ ਹੋਏ ਨੌਕਰੀ 'ਤੇ ਆਉਣ ਵਾਸਤੇ ਕਿਹਾ ਹੈਗਾ। ਦੂਜੀ ਗੱਲ ਇਹ ਹੈ ਕਿ ਜੋ ਇਹ ਪੂਰਾ ਮਸਲਾ ਹੈਗਾ ਇਹਦੇ ਵਿੱਚ ਹੁਣ ਅੱਗੇ ਕੀ ਕਾਰਵਾਈ ਕਰਦੀ ਹੈ ਸਰਕਾਰ ਉਹ ਦੇਖਣਾ ਹੋਵੇਗਾ, ਪਰ ਇਹ ਗੱਲ ਸਾਫ਼ ਹੈ ਕਿ ਪਰਮਪਾਲ ਕੌਰ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੈਗੇ ਨੇ ਉਹ ਇਸ ਟਾਈਮ ਵਧੀਆਂ ਹੋਈਆਂ ਨੇ, ਕਿਉਂਕਿ ਜਿੰਨਾ ਵੀ ਪੈਸਾ ਹੈਗਾ ਜੋਬ ਦਾ ਜੋ ਉਹਨਾਂ ਦਾ ਪੇ ਆ ਸਰਕਾਰ ਕੋਲ ਉਹ ਸਰਕਾਰ ਪੰਜਾਬ ਸਰਕਾਰ ਨੇ ਹੀ ਦੇਣਾ ਪਾਏ, ਭਾਵੇਂ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਉਹਨਾਂ ਦਾ ਜਿਹੜਾ ਅਸਤੀਫਾ ਮਨਜ਼ੂਰ ਕਰ ਲਿਆ ਸੀਗਾ। ਜਦ ਤੱਕ ਪੰਜਾਬ ਗਵਰਨਮੈਂਟ ਨਹੀਂ ਕਰਦੀ ਉਦੋਂ ਤੱਕ ਜਿਹੜੇ ਉਹਦੇ ਫੰਡ ਨੇ ਜਾਂ ਉਹਨਾਂ ਨੂੰ ਜੋ ਵੀ ਪੈਸੇ ਮਿਲਣੇ ਪੂਰੀ ਨੌਕਰੀ ਦੇ ਉਹ ਸਾਰੇ ਡਿਸਟ੍ਰੀਬਿਊਟ ਵਿੱਚ ਪੈ ਸਕਦੇ ਹਨ। ਜੀ ਤਾਂ ਬਿਲਕੁਲ ਮਨੋਜ, ਜਿਸ ਤਰੀਕੇ ਦੇ ਨਾਲ ਬਠਿੰਡਾ ਤੋਂ ਭਾਜਪਾ ਦੇ ਉਮੀਦਵਾਰ ਨੇ ਪਰਮਪਾਲ ਕੌਰ ਭਾਜਪਾ ਨੇ ਚੋਣ ਮੈਦਾਨ ਦੇ ਵਿੱਚ ਇਹਨਾਂ ਨੂੰ ਉਤਾਰਿਆ ਹੈ ਤਾਂ ਇਹ ਪੋਲੀਟੀਕਲ ਐਕਟੀਵੇਟ ਹੁਣ ਨਜ਼ਰ ਆ ਰਹੇ ਨੇ, ਪਰ ਆਪਣੀ ਨੌਕਰੀ ਤੋਂ ਜਿਸ ਹਿਸਾਬ ਦੇ ਨਾਲ ਇਹਨਾਂ ਨੇ ਅਸਤੀਫਾ ਦਿੱਤਾ ਪੰਜਾਬ ਸਰਕਾਰ ਨੇ ਉਸ ਅਸਤੀਫੇ ਨੂੰ ਗਲਤ ਕਰਾ ਰਿਹਾ, ਕੀ ਕੁਝ ਲੱਗਦਾ ਹੈ ਪਰਮਪਾਲ ਕੌਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕੀ ਆਪਣਾ ਪ੍ਰਤੀਕਰਮ ਦੇਣਗੇ, ਕੀ ਲੱਗਦਾ ਹੈ ਕਿ ਜੋ ਉਹਨਾਂ ਦੇ ਪੈਨਸ਼ਨਸ ਹੋਣਗੇ ਜੋ ਵੀ ਨੈਕਸਟ ਪਾਲਿਸੀਜ਼ ਹੋਣਗੀਆਂ ਕੀ ਪਰਮਪਾਲ ਕੌਰ ਉਸ ਨੂੰ ਠੁਕਰਾ ਸਕਦੇ ਨੇ? ਬਿਲਕੁਲ, ਦੇਖੋ ਸਾਡੀ ਰਾਤ ਪਰਮਪਾਲ ਕੌਰ ਨਾਲ ਗੱਲ ਨਹੀਂ ਹੋਈ, ਉਹਨਾਂ ਦੇ ਪਤੀ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸਾਨੂੰ ਕੋਈ ਇੱਦਾਂ ਦੀ ਜਾਣਕਾਰੀ ਸਰਕਾਰ ਨਹੀਂ ਭੇਜੀ, ਨਾ ਸਾਨੂੰ ਕੋਈ ਨੋਟਿਸ ਆਇਆ ਹੈਗਾ, ਨਾ ਜੁਆਇਨ ਕਰਨ ਵਾਸਤੇ ਕੋਈ ਲੈਟਰ ਆਇਆ ਹੈਗਾ। ਉਹ ਸਪਸ਼ਟ ਕਹਿੰਦੇ ਸੀਗੇ, ਉਹਨਾਂ ਨੇ ਇਹੀ ਗੱਲ ਕਹਿਣਾ ਸੀਗਾ ਜੋ ਅਸੀਂ ਜਿਹੜੀ ਵੀਆਰਐਸ ਸੱਤੀ ਹੈ ਉਹ ਨਿਯਮਾਂ ਦੇ ਅਨੁਸਾਰ ਹੈਗੀ ਹੈ,
ਤੇ ਅਸੀਂ ਲੈ ਸਕਦੇ ਹੈਗੇ ਆ। ਇਲੈਕਸ਼ਨ ਲੜਨ ਦੀ ਗੱਲ ਹੈਗੀ ਆ, ਕੋਈ ਵੀ ਇਲੈਕਸ਼ਨ ਲੜ ਸਕਦਾ, ਜਦੋਂ ਬੰਦਾ ਰਿਟਾਇਰ ਹੋ ਜਾਂਦਾ ਗਰਮੀ ਮਿਲ ਜਾਂਦੀ ਹੈ, ਕੋਈ ਵੀ ਇਲੈਕਸ਼ਨ ਲੜ ਸਕਦਾ। ਉਹਨੂੰ ਕਿਹਾ ਗਿਆ ਕਿ ਤੁਹਾਡਾ ਸਰਕਾਰ ਨੇ ਜਿਹੜਾ ਹੈਗਾ ਅਸਤੀਫਾ ਮਨਜ਼ੂਰ ਨਹੀਂ ਕੀਤਾ, ਤੋ ਇਹ ਗੱਲ ਕਹੀ ਗਈ ਸੀ ਕਿ UPS ਜਿਹੜੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਹੈ ਉਹਨਾਂ ਨੇ ਇਹ ਮਨਜ਼ੂਰ ਕਰ ਲਿਆ। ਪਰ ਇਸ ਤੇ ਇੱਕ ਗੱਲ ਹੈਗੀ ਕਿ ਸਪਸ਼ਟ ਹੈ ਕਿ ਜਿਹੜੇ ਮੁਸ਼ਕਲਾਂ ਬਿਲਕੁਲ ਵਧੀਆਂ ਹੋਈਆਂ ਨੇ, ਹੁਣ ਪਰਮਪਾਲ ਕੋਲ ਕੀ ਕਰਦੇ, ਉਹਨਾਂ ਕੋਲ ਕੋਰਟ ਵੀ ਜਾ ਸਕਦੇ ਨੇ, ਉਹਨਾਂ ਕੋਲ ਹੋਰ ਕਈ ਜਿਹੜੇ ਰਸਤੇ ਨੇ, ਉਹਦੇ ਕੋਲ ਜਾ ਕੇ ਉਹ ਆਪਣੀ ਜਿਹੜੀ ਗੱਲ ਰੱਖ ਸਕਦੇ ਆ, ਚਾਹੇ ਉਹ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ ਉਹ ਵੀ ਜਾ ਸਕਦੇ ਆ। ਪਰ ਜਿਹੜੀ ਗੱਲ ਹੁਣ ਪਤਾ ਲੱਗੂਗਾ ਬਾਅਦ 'ਚ ਕੀ ਹੁੰਦਾ, ਪਰ ਇਸ ਟਾਈਮ ਜਿਹੜਾ ਹੈਗਾ ਇਹ ਪੂਰੀ ਜਿਹੜੀ ਸਰਕਾਰ ਨੇ ਲੈਟਰ ਜਾਰੀ ਕੀਤਾ ਇਹ ਪਰਮਪਾਲ ਕੌਰ ਵਾਸਤੇ ਚਰਚਾ ਹੈਗਾ ਜੀ। ਪਰ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਵੱਲੋਂ ਇਹ ਗੱਲ ਆਖੀ ਜਾ ਰਹੀ ਹੈ, ਪੰਜਾਬ ਸਰਕਾਰ ਵੀ ਇੱਕ ਜਗ੍ਹਾ ਤੇ ਸਹੀ ਹੈ, ਕਿਉਂਕਿ ਕਿਸੇ ਵੱਲੋਂ ਆਪਣੇ ਇੰਨੇ ਵੱਡੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣਾ, ਤੇ ਉਸ ਤੋਂ ਬਾਅਦ ਨਾਲੇ ਸਭ ਤੋਂ ਵੱਡੀ ਗੱਲ ਕਿ ਆਪਣੀ ਮਾਤਾ ਜੀ ਦੀ ਬਿਮਾਰੀ ਦਾ ਹਵਾਲਾ ਉਹਨਾਂ ਨੇ ਦਿੱਤਾ, ਪਰ ਉਸ ਤੋਂ ਬਾਅਦ ਉਹ ਪੋਲੀਟੀਕਲ ਐਕਟੀਵੇਟ ਪੂਰੇ ਤਰੀਕੇ ਦੇ ਨਾਲ ਨਜ਼ਰ ਆ ਰਹੇ ਨੇ। ਦੇਖੋ BRS ਦੇਣ ਲੱਗੇ ਤੁਹਾਨੂੰ ਕੋਈ ਨਾ ਕੋਈ ਜਿਹੜੀ ਕੰਡੀਸ਼ਨ ਹੈ ਦੱਸਣੀ ਪੈਂਦੀ ਹੈ, ਜਿਹੜੀਆਂ ਉਸ ਕੰਡੀਸ਼ਨ ਜਦੋਂ ਤੁਸੀਂ ਕੀ ਲਿਖ ਕਿਉਂ ਲਿਖ ਸਕਦੇ, ਤੁਸੀਂ ਆਪ ਬਿਮਾਰ ਹੋ, ਸਾਡੀ ਫੈਮਿਲੀ 'ਚ ਕੋਈ ਬਿਮਾਰ ਹੈਗਾ, ਜਾਂ ਤੁਸੀਂ ਚਾਹੁੰਦੇ ਹਾਂ ਕਿ ਕੋਈ ਬੱਚਾ ਬਿਮਾਰ ਹੈਗਾ, ਜਾਂ ਤੁਸੀਂ ਕਿਤੇ ਬਾਹਰ ਜਾ ਰਹੇ ਹੋ, ਤੁਸੀਂ ਦੂਰ ਰਹਿ ਰਹੇ ਹੋ ਆਪਣੇ ਘਰ ਦੇ, ਤਾਂ ਤੁਸੀਂ ਕਹਿੰਦੇ ਕਿ ਮੈਂ ਹੁਣ ਮੇਰੀ ਕੁਛ ਦਿਨਾਂ ਦੀ ਨੌਕਰੀ ਗਈ। ਪਰ ਇਹ ਦੱਸਣਾ ਕੁਲਵਿੰਦਰ ਬਹੁਤ ਜ਼ਰੂਰੀ ਹੋ, ਕਿਉਂਕਿ ਜਦੋਂ ਉਹਨਾਂ ਨੇ ਪਰਮਪਾਲ ਕੌਰ ਉਹਨਾਂ ਨੇ ਜਿਹੜਾ ਸੀਗਾ ਅਸਤੀਫਾ ਦਿੱਤਾ ਸੀਗਾ BRS ਲਈ ਸੀਗੀ, ਤਾਂ ਉਹ ਆਪਣੀ ਨੌਕਰੀ ਉਹਨਾਂ ਦੀ ਰਿਟਾਇਰਮੈਂਟ ਇਸ ਮਹੀਨੇ ਹੋਣੀ ਹੈ ਐਂਡ ਦੇ ਵਿੱਚ, ਉਹਨਾਂ ਨੇ ਅਪ੍ਰੈਲ ਦੇ ਵਿੱਚ ਇੱਕ ਮਹੀਨਾ ਪਹਿਲਾਂ ਹੀ BRS ਦਿੱਤੀ ਹੈਗੀ ਹੈ। ਅਤੇ ਇਸ ਕਰਕੇ ਵੀ ਜੇ ਆਪਾਂ ਗੱਲ ਕਰੀਏ ਕਿ ਇੱਕ ਮਹੀਨੇ ਦੀ BRS ਕਿਉਂ ਦਿੱਤੀ, ਤਾਂ ਉਸ ਪਰ ਇਹ ਸਵਾਲ ਖੜਾ ਹੋਇਆ ਕਿ ਮਾਤਾ ਜੀ ਵਾਸਤੇ ਨਹੀਂ ਦਿੱਤੀ ਗਈ, ਇਲੈਕਸ਼ਨ ਲੜਨ ਵਾਸਤੇ ਦਿੱਤੀ ਗਈ ਸੀ, ਕਿਉਂਕਿ ਉਹਨਾਂ ਦਿਨ 'ਚ ਇਲੈਕਸ਼ਨ ਦਾ ਦੌਰ ਸ਼ੁਰੂ ਹੋ ਚੁੱਕਿਆ ਸੀਗਾ, ਕਿਉਂਕਿ ਇਸ ਮਹੀਨੇ ਜਿਹੜਾ 13 ਮਈ ਤੋਂ ਜਿਹੜੀ ਨੋਮੀਨੇਸ਼ਨ ਵੀ ਸ਼ੁਰੂ ਹੋ ਜਾਵੇਗੀ, ਕੱਲ੍ਹ ਨੋਟੀਫਿਕੇਸ਼ਨ ਹੋ ਗਈ ਹੈ ਇਲੈਕਸ਼ਨ ਨੂੰ ਲੈ ਕੇ। ਅਤੇ ਇਹ ਗੱਲ ਸਾਫ ਸੀਗੀ, ਇੱਕ ਮਹੀਨਾ ਜਿਹੜੀ ਤੁਸੀਂ ਲੈ ਰਹੇ ਹੋ ਉਸ ਨੂੰ ਲੈ ਕੇ ਵੀ ਕਈ ਗੱਲਾਂ ਸੀਗੀਆਂ ਖੜੀਆਂ ਹੋ ਰਹੀਆਂ ਸੀ ਜੀ। ਠੀਕ ਹੈ ਮਨੋਜ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਪਰ ਇਹ ਦੇਖਣਾ ਬੇਹੱਦ ਅਹਿਮ ਰਹਿਣ ਵਾਲਾ ਕਿ ਹੁਣ ਪਰਮਪਾਲ ਕੌਰ ਦਾ ਇਸ ਦੇ ਵਿੱਚ ਕੀ ਪ੍ਰਤੀਕਰਮ ਆਵੇਗਾ, ਕਿਉਂਕਿ ਭਾਜਪਾ ਨੇ ਬਠਿੰਡਾ ਤੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ, ਤਾਂ ਜਿਸ ਤੋਂ ਬਾਅਦ ਪਰ ਪੰਜਾਬ ਸਰਕਾਰ ਨੇ ਪਰਮਪਾਲ ਕੌਰ ਨੂੰ ਵੱਡਾ ਝਟਕਾ ਦਿੱਤਾ। ਦੱਸ ਦੇ ਕਿ ਪਰਮਪਾਲ ਕੌਰ VRS ਮਾਮਲੇ ਦੇ ਵਿੱਚ ਨਵਾਂ ਮੋੜ ਆਇਆ, ਪੰਜਾਬ ਸਰਕਾਰ ਵੱਲੋਂ ਪਰਮਪਾਲ ਦੀ VRS ਨੂੰ ਰਿਜੈਕਟ ਕਰ ਦਿੱਤਾ ਗਿਆ, ਪਰਮਪਾਲ ਨੂੰ ਤੁਰੰਤ ਕੰਮ ਤੇ ਵਾਪਸ ਪਰਤਣ ਦੇ ਹੁਕਮ ਜਾਰੀ ਕੀਤੇ ਗਏ ਨੇ। ਦੱਸ ਦੇ ਕਿ VRS ਲਈ ਦਿੱਤੀ ਗਈ ਜਾਣਕਾਰੀ ਨੂੰ ਪੰਜਾਬ ਸਰਕਾਰ ਨੇ ਗਲਤ ਕਰਾਰ ਦਿੱਤਾ। VRS ਲਈ 81 ਸਾਲਾਂ ਮਾਂ ਦੀ ਬਿਮਾਰੀ ਦਾ ਹਵਾਲਾ ਪਰਮਪਾਲ ਕੌਰ ਵੱਲੋਂ ਦਿੱਤਾ ਗਿਆ ਸੀ, ਪਰ ਹੁਣ ਚੋਣ ਪ੍ਰਚਾਰ ਪਰਮਪਾਲ ਕਰ ਰਹੇ ਨੇ। ਦੱਸ ਦੇ ਕਿ ਬਠਿੰਡਾ ਤੋਂ ਭਾਜਪਾ ਉਮੀਦਵਾਰ ਪਰਮਪਾਲ ਕੌਰ ਨੇ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਹੈ ਪਰਮਪਾਲ ਕੌਰ।